जो तस्वीरां तुसी अपनी टीवी स्क्रीन ते देख रहे हो तुसी सोचदे होवोगे कि पिंड दे किसे गंदे पानी दियां जां टोबे दियां इह तस्वीरां ने, पर तुसी इह सुन के हैरान हो जावोगे कि इह पिंड दा गंदा टोबा नहीं बल्कि इह गंदा पानी किसान दी जमीन दे विच पिछले 10 सालां तों खड़ा होया है अते लखां रुपए दा किसान दा नुकसान कर चुक्या है। हुण गंदा पानी कई बीमारियां नूं सद्दा भी दे रिहा है। पिंड दे किसान ने प्रशासन तों मदद दी गुहार लगाई है। दासी की नाभा ब्लॉक दे पिंड संगतपुरा दा किसान सुखदेव सिंह पिछले 10 सालां तों 5 बीघे जमीन नूं लैके बेहद परेशान है। किसान दी लखां रुपए दी जमीन दे विच पानी खड़ा है ते उहदा लखां रुपए दा नुकसान कर रिहा है। 10 साल दरमियान अज तक किसी भी प्रशासनिक अधिकारी ने किसान दी सार नहीं ली। अते हुण सब तों वड्डी गल तां इह है कि इह पानी हुण लोकां दे घरां दे अंदर वड़ना शुरू हो गया है। इस मौके ते पीड़ित किसान सुखदेव सिंह अते उन्हां दी पत्नी हरवंश कौर ने दस्या कि इह पिंड दा गंदा पानी साडे खेतां विच तकरीबन 10 सालां तों खड़ा होया है। किसी भी प्रशासनिक अधिकारी ने अज तक इस दे वल ध्यान नहीं दित्ता ते ना ही साडी कोई मदद कीती है। इह आई सानूं 10-12 साल हो गई है पानी नूं। ਜਦ ਜਿੰਨੀ ਵਾਰੀ ਵੀ ਜਾਂਦੇ ਹਾਂ ਪੰਚਾਇਤ ਕੋਲ ਕਹਿ ਦਿੰਦੇ ਸਾਡੇ ਕੋਲ ਤਾਂ ਹੈ ਨਹੀਂ ਕੁਛ। ਸਾਰੇ ਪਿੰਡ ਦਾ ਪਾਣੀ ਆ ਰਿਹਾ, ਸਾਰੇ ਦਰਖਤ ਕੋਠਾ ਸਾਡਾ ਪਾਣੀ, ਮੋਟਰ ਦਾ ਪਾਣੀ ਪੀਣ ਯੋਗ ਨਹੀਂ ਹੈ ਕਿ ਜਮਾਂ ਸਾਰੇ ਦਰਖਤ ਸੁਕਾ ਤੇ ਕੋਠਾ ਡਿੱਗਣ ਵਾਲਾ ਹੋਇਆ ਪਿਆ। ਫਸਲ ਨਹੀਂ ਹੋਈ ਹੈਗੀ, 1-1.5 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ। 5 ਵਿਘੇ ਹੋਏ ਜੀ, ਕਿਸੇ ਨੇ ਹੱਲ ਨਹੀਂ ਕਰਿਆ ਹੈਗਾ ਜੀ। ਸਬਕਾ ਪਾਣੀ ਕਢਾਉਣ ਨੂੰ ਜਗ੍ਹਾ ਵੀ ਦਿੱਤੀ ਆਪਦੀ ਜ਼ਮੀਨ 'ਚ, ਸਾਰਾ ਪਹਿਲਾਂ ਪਾਣੀ ਵੀ ਕਢਾਇਆ ਜੀ। ਇਹਦੇ 'ਚ ਪਾਣੀ ਆਉਂਦਾ ਦੂਆ ਤੇਜ਼ਾਬ ਵਾਲਾ ਪਾਣੀ ਹੈ ਜੀ। ਸਾਰਾ ਫਸਲ ਨਹੀਂ ਹੋ ਰਹੀ, ਦਰਖਤ ਸਾਰੇ ਸੁੱਕ ਗਏ। ਆ ਦੇਖ ਲਓ ਤੁਹਾਡੇ ਲਵੇ ਸਾਰਾ ਹੀਲਾ, ਕੀ ਬੁਰਾ ਹਾਲ ਹੋਇਆ ਪਿਆ। ਕੁਝ ਵਿੱਚ ਵੀ ਸਾਰਾ ਖਰਾਬ ਹੋ ਗਿਆ, ਸਾਡੇ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ, ਲਵੇ ਲਵੇ ਘਰਾਂ ਦਾ ਸਾਰਿਆਂ ਦਾ ਜੀ। ਮੋਟਰ ਦਾ ਪਾਣੀ ਪੀ ਕੇ ਚਲਾ ਕੇ ਦੇਖ ਲਓ ਜੀ। ਅਸੀਂ ਦੇਵਮਾਨ ਕੋਲ ਕਹਿ ਸੀ, ਉਹਨਾਂ ਨੇ ਵੀਡੀਓ ਨੂੰ ਭੇਜਤੀ, ਕਹਾਂ ਵੀਡੀਓ ਹਜੇ ਸਹੀ ਆਇਆ ਨਹੀਂ ਹੈਗਾ ਜੀ। ਕਿੰਨੇ ਦਿਨ ਹੋ ਗਏ? ਹੋ ਗਏ ਜੀ 15 ਦਿਨ, 15-20 ਦਿਨ, ਮਹੀਨਾ ਹੋ ਗਿਆ ਹੋਊਗਾ ਜੀ। ਤੰਗ ਕਰਦੇ ਹੋ, ਸਾਨੂੰ ਮੁਆਵਜ਼ਾ ਮੁਆਵਜ਼ਾ ਮਿਲੇ ਵੀ ਨਾਲੇ ਸਾਡਾ ਹੱਲ ਹੋਵੇ ਜੀ। 10 ਸਾਲਾਂ ਦਾ ਸਾਡਾ 1.5 ਲੱਖ ਰੁਪਏ ਦੀ ਫਸਲ ਖਰਾਬ ਹੁੰਦੀ ਹੈ ਜੀ ਸਾਲ 'ਚ। ਦੇਖੋ ਸਾਡੀ 5 ਵਿਘੇ ਥਾਵਾਂ ਜੀ, ਇਹ 15 ਸਾਲ ਹੋ ਗਏ ਜੀ। ਇੱਥੇ ਨਾ ਕੋਈ ਮਤਲਬ ਫਸਲ ਨਹੀਂ ਹੋ ਰਹੀ ਜੀ, ਅਤੇ ਸਾਰਾ ਟੋਬੇ ਦਾ ਗੰਦਾ ਪਾਣੀ ਇਹਦੇ ਵਿੱਚ ਗਿਰਦਾ ਜੀ। ਅਸੀਂ ਦੇਖੋ ਜੀ 3 ਗੇਲ ਪੰਚਾਇਤ ਬਣ ਗਏ, ਅਸੀਂ ਸਭ ਨੂੰ ਕਿਹਾ ਵੀ ਹੈਗਾ ਜੀ, ਚਲੋ ਬਸ ਅਗਲੇ ਦੀ ਮਰਜ਼ੀ ਆ ਜਿਵੇਂ ਵੀ। ਅਸੀਂ ਤਾਂ ਹੁਣ ਦੇਖੋ ਬੇਬਸੀ ਹੋ ਗਈ, ਅਸੀਂ ਤਾਂ ਬਹੁਤ ਗੇਲ ਪੈਸੇ ਵੀ ਲਾਤੇ ਜੀ ਇਹਦੇ, ਬਸ ਹੁਣ ਸਾਡੀ ਬੇਬਸੀ ਹੋਈ ਪਈ ਆ ਜੀ। ਵੀ ਹੁਣ ਸਾਡਾ ਇਹਦਾ ਖੰਡਕ ਚੱਲ ਪੈਸਾ ਬਹੁਤ ਲਾਤਾ ਜੀ, ਹੁਣ ਤਾਂ ਸਾਡੇ ਗਰੀਬ ਮਾਰ ਹੋਈ ਪਈ ਆ ਜੀ, ਸਾਡੀ ਬਹੁਤ ਔਖਾ ਹੋਇਆ ਪਿਆ ਜੀ ਸਾਨੂੰ। ਹੁਣ ਸਾਡੀ ਕੋਈ ਨਹੀਂ ਸੁਣਦਾ ਜੀ, ਦੇਖੋ ਵੀਡੀਓ ਸਾਹਿਬ ਨੂੰ ਵੀ ਦਿਆਈ ਜੀ, ਵੀ ਸਾਡਾ ਜੇ ਕੋਈ ਜਣੇ ਦੀ ਮਸਲਾ ਹੱਲ ਹੋਇਆ ਨਹੀਂ ਜੀ, ਸਾਡਾ ਇਹ ਹੱਥ ਬੰਨ ਕੇ ਹੀ ਬੇਨਤੀ ਹੈ ਜੀ, ਸਾਡਾ ਜ਼ਰੂਰ ਮਸਲਾ ਹੱਲ ਕਰੋ ਜੀ। ਬਹੁਤ ਜ਼ਿਆਦਾ ਗੰਦਾ ਪਾਣੀ ਹੋ ਗਿਆ ਜੀ ਸਾਰਾ, ਮੋਟਰਾਂ ਦਾ ਕੀ ਲਵੇ ਲਵੇ ਘਰਾਂ ਦਾ ਵੀ ਗੰਦਾ ਪਾਣੀ ਹੋ ਗਿਆ ਜੀ ਸਾਡਾ, ਪੀਣ ਯੋਗ ਰਿਹਾ ਨਹੀਂ, ਬਿਮਾਰੀ ਫੈਲ ਰਹੀ ਹੈ ਜੀ, ਕਰੀਏ ਕੀ ਹੁਣ, ਵੀ ਸਾਡਾ ਤਾਂ ਵੀ ਇਹ ਮਸਲਾ ਜ਼ਰੂਰ ਸਾਡਾ ਹੱਲ ਕਰੋ ਜੀ। ਇਸ ਮੌਕੇ ਤੇ ਪਿੰਡ ਵਾਸੀ ਗੁਰਧਿਆਨ ਸਿੰਘ ਅਤੇ ਪਿੰਡ ਵਾਸੀ ਪਰਮਜੀਤ ਕੌਰ ਨੇ ਕਿਹਾ ਕਿ ਜਿੱਥੇ ਇਸ ਗੰਦੇ ਪਾਣੀ ਦੇ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਉੱਥੇ ਹੀ ਪਾਣੀ ਪੀਣ ਯੋਗ ਵੀ ਨਹੀਂ ਰਿਹਾ। ਇਸ ਗੰਦੇ ਪਾਣੀ ਦੇ ਕਾਰਨ ਸਾਡੇ ਘਰ ਵੀ ਦੀਵਾਰਾਂ ਵੀ ਹੁਣ ਡਿੱਗਣ ਵਾਲੀਆਂ ਨੇ ਅਤੇ ਇਹ ਹੁਣ ਪਾਣੀ ਸਾਡੇ ਘਰਾਂ ਦੇ ਅੰਦਰ ਤੱਕ ਆ ਚੁੱਕਿਆ ਹੈ। ਇਹ ਮੰਗ ਹੈ ਜੀ ਪ੍ਰਸ਼ਾਸਨ ਵੱਲੋਂ ਵੀ ਹੱਲ ਕੀਤਾ ਜਾਵੇ ਜੀ। ਉੱਧਰ ਸਾਨੂੰ ਦਿਖਾਵਾਂ ਸਾਡਾ ਕੋਟ 5 ਵਾਰ ਡਿੱਗਾ ਜੀ ਪਾਣੀ ਦੇ ਕਾਰਨ ਜੀ। ਵੀ ਕੱਲ੍ਹ ਜੇ ਬਾਰਿਸ਼ ਹੁੰਦੀ ਹੈ ਤਾਂ ਇਹਨਾਂ ਦੀ ਅੱਗੇ ਫਸਲ ਵੀ ਨੁਕਸਾਨ ਹੋਣੀ ਆ, 15-20 ਲੱਖ 'ਚ ਪਹਿਲਾਂ ਹੋ ਚੁੱਕੇ ਨੇ ਜੀ। ਅਤੇ ਪਾਣੀ ਸਾਡਾ ਦੂਰ ਪੀਣ ਯੋਗ ਹੈਗਾ ਨਹੀਂ ਜੀ। ਸਰਪੰਚ ਸਾਹਿਬ ਨੂੰ ਕਿਹਾ, ਉਹ ਕਹਿੰਦੇ ਜੋ ਮਰਜ਼ੀ ਕਰ ਲਓ, ਸਾਡੇ ਹੱਥ ਖੜੇ ਨੇ, ਅਸੀਂ ਕੁਛ ਨਹੀਂ ਕਰ ਸਕਦੇ ਜੀ ਕਹਿੰਦੇ। ਕਿੰਨੇ ਸਮੇਂ ਤੋਂ ਇਹ ਨੁਕਸਾਨ? ਇਹਨਾਂ ਨੂੰ 8-9 ਸਾਲ ਹੋ ਗਏ ਸਰ। ਆਹ ਤੁਸੀਂ ਮੌਕਾ ਦੇਖ ਲਓ, ਸਾਹਮਣੇ ਦਰਖਤ ਦੇਖ ਲਓ, ਟੋਬੇ ਦੇ ਵਿੱਚ ਪਾਣੀ, ਸਾਰਾ ਪਾਣੀ ਇੱਥੇ ਆ ਰਿਹਾ ਜੀ। ਸਾਰੇ ਦਰਖਤ ਸੁੱਕ ਗਏ। ਇੱਧਰ ਤੁਸੀਂ ਬੈਕ ਸਾਈਡ ਦੇਖੋ, ਸਾਰਾ ਪਾਣੀ ਕਣਕ 'ਚ ਜਾ ਰਿਹਾ ਜੀ, ਇੱਧਰ ਸਾਈਡ 'ਚ। ਉਰੇ ਫਲਦਾਰ ਬੂਟੇ ਦੇ ਸਾਰੇ ਸੁੱਕ ਗਏ। ਸਾਰੇ ਉਹ ਸੁੱਕ ਗਏ ਜੀ। ਸਾਡੇ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਆ ਜੀ, ਇਸਦਾ ਹੱਲ ਕੀਤਾ ਜਾਵੇ ਜੀ, ਇਹ ਪਾਣੀ ਦੇ ਕਿਤੇ ਰੋਕਥਾਮ ਹੋ ਕੀਤਾ ਜਾਵੇ ਤਾਂ ਕਿ ਆਪਣਾ ਜਲ ਜੀਵਨ ਬਚਾ ਸਕੀਏ ਜੀ। ਬਸ ਤਾਂ ਹੀ ਕਹਿਣਾ ਚਾਹੁੰਦੇ ਹਾਂ ਵੀ ਪਾਣੀ ਦਾ ਹੱਲ ਹੋਣਾ ਚਾਹੀਦਾ ਜੀ। ਸਾਡੇ ਘਰ ਦੇ ਪਾਣੀ ਨੇ ਜਿਹੜੇ ਸਾਰੇ ਖਰਾਬ ਹੋ ਰਹੇ ਨੇ, ਪੀਣ ਯੋਗ ਪਾਣੀ ਨਹੀਂ, ਜਵਾਕ ਸਾਡੇ ਬਿਮਾਰ ਹੋ ਰਹੇ ਨੇ। ਬਸ ਅਸੀਂ ਕਹਿੰਦੇ ਹਾਂ ਵੀ ਟੋਬੇ ਦਾ ਪਾਣੀ ਦਾ ਹੱਲ ਹੋਣਾ ਚਾਹੀਦਾ। ਕੰਧ ਐਂ ਵੀਰੇ ਡਿੱਗਣ ਨੂੰ ਤਿਆਰ ਆ, ਕਈ ਵਾਰ ਡਿੱਗੀ ਪਹਿਲਾਂ ਉਹ ਇਸੇ ਕਾਰਨ, ਪਾਣੀ ਸਾਰਾ ਉੱਧਰ ਹੀ ਨਿਕਲ ਜਾਂਦਾ, ਟੋਬੇ ਦਾ, ਟੋਬੇ 'ਚ ਤਾਂ ਜਾਂਦਾ ਹੀ ਨਹੀਂ ਹੈਗਾ ਪਾਣੀ। ਇਸ ਸੰਬੰਧੀ ਨਾਭਾ ਬਲਾਕ ਅਫਸਰ ਸੁਖਵਿੰਦਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਅੱਜ ਹੀ ਧਿਆਨ ਦੇ ਵਿੱਚ ਆਇਆ ਹੈ, ਪਰ ਹੁਣ ਅਸੀਂ ਪੂਰੀ ਮਦਦ ਕਰਾਂਗੇ ਲੋਕਾਂ ਦੀ ਅਤੇ ਇਸ ਪਾਣੀ ਦਾ ਜਲਦ ਹੀ ਨਿਕਾਸ ਕਰਾਵਾਂਗੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਵਾਂਗੇ। ਮੇਰੇ ਧਿਆਨ ਵਿੱਚ ਤੁਹਾਡੇ ਰਾਹੀਂ ਆਇਆ ਹੈ, ਇਸ ਬਾਰੇ ਮੈਂ ਪੰਚਾਇਤ ਅਫਸਰ ਤੋਂ ਮੇਰੇ ਤੋਂ ਜਿਹੜੀ ਹੈਗੀ ਆ ਰਿਪੋਰਟ ਲਈ ਆ।
परंतु मैं अज ही ज्वाइन किया है। पंचायत अफसर साहबान ने मौका वेख्या, उन्होंने दसिया कि पिंड का जोड़ा है छप्पड़ा वो कपैसिटी घट आ, जनू डूा करवा देंगे पंचायत में कह दें, जहाँ एक होर हल हो सकता एक बाहर छप्पड़ा यदा जोड़ा है इनू इंटरकनैक्ट कर देंगे, बहरले छप्पड़ पानी ज्यादा कर देंगे। जे बहरले छप्पड़ की पटाई करनी पी जनू बधा पाया तो वह भी बधा देंगे। कितनी जमीन है जी प्रॉब्लम आ रही? लगभग मेरे ख्याल अप्रोक्सीमेट एक एकड़ जमीन हैगी आ, वो पंचायत अफसर साहब भी कह रहे हैं भी उत्थे पानी खड़ा है। जिवें कह रहे भी साडा हर साल नुकसान हुंदा दा लख डेढ़ लख दा, कोई माली मदद या गिरदावरी करा के क्यों हुण भी जिहड़ा हैगा पानी खड़ा है? वो आपां सरकार नूं भेज दांगे केस इहनां दा। सुदासी की जेकर देखा जाए इस तरह के बहुत सारे मामले पिंडां दे विचों निकल के सामने आउणगे जिथे कि लोग गंदे पानी तो बेहद परेशान हो चुके ने। इस किसान ने लंबे समय तो मददी गुहार लगाई सी पर अज तक इसकी किसी ने भी सहायता नहीं की, उसका लखां रुपए का नुकसान जो हो रहा है वह एक पासे रह गया। सुदासी की किसान की हुण कदों तक मदद हुंदी है ते कदों तक इस पानी का हल करवाया जाता है, यह तो आने वाला समा दसेगा। ग्लोबल पंजाब टीवी के लिए नाभा तो भूपिंदर सिंह की रिपोर्ट।